ਕੱਲ ਜਗਰਾਉਂ ਵਿਖੇ ਸ਼੍ਰੀ ਭਾਰਤ ਭੂਸ਼ਣ ਵੱਲੋਂ ਲੰਗਰ ਲਗਾ ਕੇ ਆਪਣੀ ਪਤਨੀ ਨੂੰ ਸ਼ਰਧਾਂਜਲੀ ਦਿੱਤੀ ਗਈ। ਇਹ ਲੰਗਰ ਸਾਰੀ ਦਿਹਾੜੀ ਅਤੁੱਟ ਵਰਤਦਾ ਰਿਹਾ। ਜਿਵੇਂ ਕਿ ਆਪਾਂ ਸਾਰੇ ਜਾਣਦੇ ਹਾਂ ਕਿ ਪੰਜਾਬ ਦੀ ਨਵੀਂ ਜਿਹੜੀ ਕਿ ਪਵਿੱਤਰ ਧਰਤੀ ਮੰਨਿਆ ਗਿਆ ਹੈ, ਜਿੱਥੇ ਦਾਨ ਪੁੰਨ ਦੇ ਪ੍ਰਤੀ ਸਾਰੇ ਹੀ ਪੰਜਾਬੀ ਸਭ ਤੋਂ ਅੱਗੇ ਵੱਧ ਚੜ੍ਹ ਕੇ ਹਿੱਸਾ ਲੈਂਦੇ ਹਨ, ਇਸੇ ਹੀ ਲੜੀ ਨੂੰ ਤਹਿਤ ਅੱਗੇ ਚੱਲਦੇ ਹੋਏ ਅੱਜ ਜਗਰਾਓ ਸ਼ਹਿਰ ਵਿੱਚ ਸ਼੍ਰੀ ਭਾਰਤ ਭੂਸ਼ਣ ਜੀ ਵੱਲੋਂ ਆਪਣੀ ਪਤੀ ਤੇ ਪਤਨੀ ਦੇ ਸਮਰਪਿਤ ਲੰਗਰ ਲਗਾਇਆ ਗਿਆ ਹੈ। ਉਹਨਾਂ ਨੇ ਅੱਜ ਲੰਗਰ ਦੇ ਵਿੱਚ ਕਿਹਾ ਕਿ ਪ੍ਰਸ਼ਾਦੇ ਦੇ ਦਾਲ ਫੁਲਕਾ ਚਲਾਇਆ ਜਾ ਰਿਹਾ ਹੈ। ਉਹਨਾਂ ਦੇ ਨਾਲ ਹੀ ਲੰਗਰ ਦੀ ਪਰੰਪਰਾ ਨੂੰ ਅੱਗੇ ਚੱਲਦੇ ਹੋਏ ਕਿਸ ਤਰ੍ਹਾਂ ਲੰਗਰ ਛਕਾਇਆ ਜਾ ਰਿਹਾ ਬੜੇ ਪ੍ਰੇਮ ਸ਼ਰਧਾ ਦੇ ਪੂਰਵਕ, ਇਸੇ ਲੜੀ ਨੂੰ ਹੀ ਅੱਗੇ ਵਧਾਉਂਦੇ ਹੋਏ ਆਪਾਂ ਪੰਜਾਬ ਵਾਸੀਆਂ ਨੂੰ ਇਹ ਅਪੀਲ ਕਰਦੇ ਹਾਂ ਕਿ ਸਾਰਿਆਂ ਨੇ ਰਲ ਮਿਲ ਕੇ ਇਸੇ ਤਰ੍ਹਾਂ ਲੰਗਰ ਲਗਾਏ ਕੇ ਸੇਵਾ ਵਿੱਚ ਹਿੱਸਾ ਪਾਉਣਾ ਚਾਹੀਦਾ ਹੈ। ਲੰਗਰ ਛਕਾਉਣ ਦੀ ਪਰੰਪਰਾ ਬਹੁਤ ਪੁਰਾਣੀ ਚੱਲ ਰਹੀ ਹੈ। ਇਸੇ ਤਰ੍ਹਾਂ ਹੀ ਇਸੇ ਲੜੀ ਵਿੱਚ ਹੀ ਇਹ ਲੰਗਰ ਜੋ ਲਗਾਇਆ ਗਿਆ ਹੈ ਬਹੁਤ ਹੀ ਸ਼ਰਧਾ ਨਾਲ ਚੱਲ ਰਿਹਾ। ਕੈਮਰਾਮੈਨ ਨੇਹਾ ਦੇ ਨਾਲ ਸਟਾਫ ਰਿਪੋਰਟਰ ਜੱਸੀ ਬਾਈ। ਸਟਾਫ ਰਿਪੋਰਟਰ ਜਸਬੀਰ ਸਿੰਘ ਦੀ ਰਿਪੋਰਟ, ਪੰਜਾਬੀ ਐਕਟਿਵ ਟੀਵੀ, ਜਗਰਾਓਂ। ਪੰਜਾਬੀ ਐਕਟਿਵ ਟੀਵੀ ਦੀ ਪੇਸ਼ਕਸ਼।